ਗੁਰਕੌਰ ਨਾਮਕ ਲੜਕੀ ਸਾਹਮਣੇ ਆਈ ਹੈ ਔਰ ਤਸਵੀਰ ਤੁਸੀਂ ਦੇਖੋ ਕਿ ਲੱਖਾਂ ਹੀ ਮੈਡਲ ਜਿਹੜੇ ਨੇ ਕੁੜੀ ਨੇ ਇਸਨੇ ਜਿੱਤੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਪ੍ਰੈਕਟਿਸ ਜਿਹੜੀ ਹੈ ਚੰਡੀਗੜ੍ਹ ਕਰਦੀ ਰਹੀ ਔਰ ਦਜੋਲ ਕੌਰ ਜਦ ਆਪਣੇ ਘਰ ਪਹੁੰਚੀ ਤਾਂ ਉਹਨਾਂ ਵੱਲੋਂ ਸਵਾਗਤ ਕੀਤਾ ਗਿਆ। ਦਜੋਲ ਜੀ, ਕਿੱਥੋਂ ਸ਼ੁਰੂਆਤ ਹੋਈ ਸੀ, ਕਿਸ ਤਰੀਕੇ ਨਾਲ ਸਾਰੇ ਜਿਹੜੇ ਮੈਡਲ ਨੇ ਤੁਸੀਂ ਜਿੱਤੇ ਨੇ? ਸਰ, ਮੈਂ ਚੰਡੀਗੜ੍ਹ ਆਪਣੇ ਕਾਲਜ ਤੋਂ ਹੀ ਸ਼ੁਰੂਆਤ ਕੀਤੀ ਹੀਰੋਇੰਗ ਗੇਮ ਦੀ। ਚੰਡੀਗੜ੍ਹ ਜਦੋਂ ਮੈਂ ਚੰਗਾ ਸਿੱਖ ਲਿਆ ਤਾਂ ਉਸ ਤੋਂ ਬਾਅਦ ਮੇਰੀ ਯੂਨੀਵਰਸਿਟੀਆਂ 'ਚ ਸਿਲੈਕਸ਼ਨ ਹੋ ਗਈ, ਯੂਨੀਵਰਸਿਟੀ 'ਚ ਮੈਡਲ ਲਏ, ਫਿਰ ਖੇਲੋ ਇੰਡੀਆ ਯੂਨੀਵਰਸਿਟੀ ਖੇਡੀ, ਉਸ ਤੋਂ ਬਾਅਦ ਅਸੀਂ ਨੈਸ਼ਨਲ ਗੇਮ ਦੇ ਵਿੱਚ ਮੈਡਲ ਲਿਆ, ਹੁਣ ਨੈਸ਼ਨਲ ਦੇ ਵਿੱਚ ਮੈਂ ਮੈਡਲ ਲਿਆ ਅਤੇ ਉਸ ਤੋਂ ਬਾਅਦ ਮੈਂ ਹੁਣ ਨੀਦਰਲੈਂਡ ਵਰਲਡ ਯੂਨੀਵਰਸਿਟੀ ਚੈਂਪੀਅਨ ਖੇਡ ਕੇ ਆਈ। ਹਾਲਾਂਕਿ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ, ਸਰਹੱਦੀ ਜ਼ਿਲ੍ਹੇ 'ਚ ਰਹਿੰਦੇ ਹੋ, ਰੋਇੰਗ ਗੇਮ ਬਾਰੇ ਮੇਰੇ ਹਿਸਾਬ ਨਾਲ ਕਿਸੇ ਨੂੰ ਜਾਣਕਾਰੀ ਨਹੀਂ ਹੋਣੀ, ਤਾਂ ਫਿਰ ਲੋਕਾਂ ਨੂੰ ਕਿਸ ਤਰੀਕੇ ਨਾਲ ਦਿਖਾਉਂਦੇ, ਤੁਸੀਂ ਕਿਸ ਤਰੀਕੇ ਨਾਲ ਪ੍ਰਭਾਵਿਤ ਹੋਏ ਇਸ ਗੇਮ 'ਚੋਂ? ਸਰ, ਮੈਂ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਇੰਨਾ ਕੰਪੀਟੀਸ਼ਨ ਥੋੜ੍ਹਾ ਘੱਟ ਸੀਗਾ ਇਸ ਗੇਮ ਦੇ ਵਿੱਚ, ਤਾਂ ਚੰਗੇ ਹਾਕੀ ਦੇ ਵਿੱਚ ਮੈਂ 7-8 ਸਾਲ ਪ੍ਰੈਕਟਿਸ ਕਰਨ ਤੋਂ ਬਾਅਦ ਜਿੰਨਾ ਅਚੀਵ ਕੀਤਾ ਸੀ, ਰੋਇੰਗ ਦੇ ਵਿੱਚ ਮੈਂ ਉਹ 1 ਸਾਲ ਦੇ ਵਿੱਚ ਹੀ ਅਚੀਵ ਕਰ ਲਿਆ ਸੀ, ਤਾਂ ਇਸ ਲਈ ਮੈਨੂੰ ਇਹ ਗੇਮ ਦੇ ਵਿੱਚ ਜ਼ਿਆਦਾ ਰੁਚੀ ਹੋਈ ਤਾਂ ਮੈਂ ਇਹ ਗੇਮ ਦੇ ਵਿੱਚ ਆਪਣੀ ਮਿਹਨਤ ਸ਼ੁਰੂ ਕੀਤੀ। ਰਿਸ਼ਤੇਦਾਰ ਵੀ ਸੋਚਦੇ ਹੋਣੇ ਕਿਹੜੀ ਗੇਮ 'ਚ ਆ ਗਏ, ਫਿਰ ਕਿਸ ਤਰੀਕੇ ਨਾਲ ਸਮਝਾਉਂਦੇ ਹੋ ਕਿ ਮੈਂ ਕਿਹੜੀ ਗੇਮ ਖੇਡ? ਉਹਨਾਂ ਨੂੰ ਵੀਡੀਓ ਦਿਖਾਉਣੀ ਪੈਂਦੀ ਆ ਜਾਂ ਫਿਰ ਉਹਨਾਂ ਨੂੰ ਦੱਸਣਾ ਪੈਂਦਾ ਕਿ ਆਹ ਪੋਰਟ ਹੁੰਦੀ ਆ, ਇੱਦਾਂ ਦਿਖਾਈ ਦਾ। ਜ਼ਿਆਦਾਤਰ ਕਿਸੇ ਨੂੰ ਪਤਾ ਨਹੀਂ ਹੈ ਇਸ ਗੇਮ ਬਾਰੇ, ਮੈਨੂੰ ਖੁਦ ਨਹੀਂ ਪਤਾ ਸੀ, ਮੈਨੂੰ ਕਾਲਜ ਦੇ ਵਿੱਚ ਜਾ ਕੇ ਹੀ ਇਸ ਗੇਮ ਦਾ ਪਤਾ ਲੱਗਾ। ਅਤੇ ਖੇਡਣ ਵੇਲੇ ਕਈ ਹੋਰ ਵੀ ਖਿਡਾਰੇ ਹੋਣੇ ਪੰਜਾਬ 'ਚ, ਮੇਰੇ ਸਾਡਾ ਮਾਝੇ 'ਚ ਤੁਸੀਂ ਹੋ, ਚੰਦ ਕੁ ਕੁੜੀਆਂ ਹੋਣਗੀਆਂ ਜਿਹੜੀਆਂ ਇਹ ਗੇਮ ਖੇਡਦੀਆਂ ਨੇ? ਹਾਂਜੀ ਸਰ, ਬਹੁਤ ਘੱਟ ਗਿਣਤੀ ਦੇ ਵਿੱਚ ਗੇਮ ਖੇਡਦੇ ਆ ਇਹ ਵਾਲੇ, ਅਤੇ ਕੁਝ ਬੱਚੇ ਇੱਥੋਂ ਪੰਜਾਬ ਦੇ ਬੱਚੇ ਬਾਹਰਲੀਆਂ ਸਟੇਟਾਂ ਤੋਂ ਖੇਡਦੇ ਆ, ਕੁਝ ਬੱਚੇ ਉੜੀਸਾ ਤੋਂ ਖੇਡਦੇ ਆ ਜਾਂ ਫਿਰ ਮੱਧ ਪ੍ਰਦੇਸ਼ ਤੋਂ ਖੇਡਦੇ ਆ। ਪਰ ਉਹਦਾ ਕਾਰਨ ਕੀ, ਬਾਹਰ ਖੇਡਣ ਦਾ ਜੇ ਆਪਾਂ ਗੱਲ ਕਰ ਲਈਏ, ਪੰਜਾਬ ਸਰਕਾਰ ਤੋਂ ਬਾਹਰ ਖੇਡਣ ਦਾ ਕਾਰਨ ਕੀ ਫਿਰ ਬਣਦਾ? ਉਹਨਾਂ ਨੂੰ ਇੱਥੇ ਪੂਰੀਆਂ ਸਹੂਲਤਾਂ ਨਹੀਂ ਮਿਲਦੀਆਂ, ਚੰਗੀ ਕੋਚਿੰਗ ਨਹੀਂ ਮਿਲਦੀ, ਤਾਂ ਕਰਕੇ ਬਾਹਰ ਕੋਚ ਵੀ ਚੰਗੇ ਨੇ, ਡਾਇਟ ਵੀ ਚੰਗੀ ਆ, ਸਹੂਲਤਾਂ, ਰਹਿਣ ਸਹਿਣ ਦਾ ਪੂਰਾ ਪ੍ਰਬੰਧ ਆ, ਆਉਣ ਜਾਣ ਲਈ ਵੀ ਬੱਸ ਲੈ ਕੇ ਜਾਂਦੀ ਆ। ਤੁਸੀਂ ਵਿਦੇਸ਼ 'ਚ ਵੀ ਖੇਡ ਕੇ ਆਏ ਹੋ ਰੋਇੰਗ ਗੇਮ? ਹਾਂਜੀ ਸਰ। ਕਿਹੜੀ ਜਗ੍ਹਾ ਗਏ ਸੀ? ਨੀਦਰਲੈਂਡ। ਉਸ ਤੋਂ ਹੁਣ ਅਗਲਾ ਅਚੀਵਮੈਂਟ ਟਾਰਗੇਟ ਕਿਸ ਪਾਸੇ ਜਾ ਰਹੇ ਹੋ, ਕਿਸ ਤਰੀਕੇ ਨਾਲ ਜਾ ਰਹੇ ਹੋ? ਸਰ, ਇਹ ਮੇਰਾ ਪਹਿਲਾ ਟੂਰਨਾਮੈਂਟ ਸੀ ਇੰਟਰਨੈਸ਼ਨਲ, ਅਤੇ ਇਹਦੇ 'ਚ ਤਾਂ ਮੈਂ ਪਾਰਟੀਸਪੇਟ ਹੀ ਕਰ ਪਾਈ ਹਾਂ, ਪਰ ਹੁਣ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਮੈਂ ਅਗਲੇ ਇੰਟਰਨੈਸ਼ਨਲ ਟੂਰਨਾਮੈਂਟ ਦੇ ਵਿੱਚ ਮੈਡਲ ਲੈ ਕੇ ਆਵਾਂ। ਇਹ ਜਿਹੜੇ ਮੈਡਲਸ ਜਿਹੜੇ ਸਾਰੇ ਅਚੀਵ ਕੀਤੇ ਨੇ ਇਸ ਗੇਮ ਤੋਂ? ਹਾਂਜੀ ਸਰ। ਅਤੇ ਕਿਸ ਤਰੀਕੇ ਦੇ ਹਾਲਾਤ ਨੇ, ਘਰ ਦੀ ਗੱਲ ਕਰ ਲਈਏ, ਜਿਵੇਂ ਤੁਸੀਂ ਇੱਕ ਛੋਟੇ ਕਿਸਾਨ ਦੇ ਧੀ ਹੋ, ਔਰ ਕਿਸ ਤਰੀਕੇ ਨਾਲ ਇਸ ਵੱਲ ਜਜ਼ਬਾ ਬਣਿਆ, ਆਪਣੇ ਪਿਤਾ ਜੀ ਨਾਲ ਕਿਸ ਤਰੀਕੇ ਨਾਲ ਗੱਲਬਾਤ ਕੀਤੀ? ਸਰ, ਸ਼ੁਰੂ ਸ਼ੁਰੂ ਦੇ ਵਿੱਚ ਤਾਂ ਬਹੁਤ ਔਖਾ ਸੀਗਾ, ਜਦੋਂ ਇੱਕ ਵਾਰੀ ਪਤਾ ਲੱਗਾ ਕਿ 3 ਲੱਖ ਆਪ ਦੇਣਾ ਪੈਣਾ ਪਹਿਲਾਂ, ਤਾਂ ਉਦੋਂ ਇੱਕ ਵਾਰੀ ਐਂ ਲੱਗਦਾ ਸੀ ਕਿ ਨਹੀਂ ਜਾਊਗਾ। ਤੁਹਾਨੂੰ ਹੁਣ ਫਿਰ ਇਸ ਤੋਂ ਬਾਅਦ ਕਿੱਥੇ ਖੇਡਣ ਦਾ ਟਾਰਗੇਟ ਆ ਔਰ ਕਿਸ ਤਰੀਕੇ ਨਾਲ ਖੇਡੋ? ਹੁਣ 12 ਤਰੀਕ ਨੂੰ ਮੋਗੇ ਕੰਪੀਟੀਸ਼ਨ ਹੋ ਰਿਹਾ ਹੈ, ਆਰਗੋਮੀਟਰ ਕੰਪੀਟੀਸ਼ਨ, ਇਨਡੋਰ ਰੋਇੰਗ ਕਹਿੰਦੇ ਆ ਉਹਨੂੰ, ਉਹ ਖੇਡਣ ਜਾਣਾ ਹੈ ਜੀ। ਬਿਲਕੁਲ, ਮਾਤਾ ਜੀ ਵੀ ਉਹਨਾਂ ਦੇ ਨਾਲ, ਉਹਨਾਂ ਨੇ ਵੀ ਮੈਡਲਸ ਜਿਹੜੇ ਨੇ ਦੇਖ ਲਓ ਤੁਸੀਂ ਕਿੰਨੇ ਫੜੇ ਹੋਏ ਨੇ, ਸਾਰੀ ਦਲਜੋਤ ਕੌਰ ਦੀ ਕਮਾਈ ਹੈ ਜੋ ਉਹਨੇ ਮੈਡਲ ਜਿੱਤੇ ਨੇ। ਹਾਂਜੀ, ਕਿਸ ਤਰੀਕੇ ਦੇ ਹਾਲਾਤ ਸੀ ਜਦੋਂ ਦਲਜੋਤ ਕੌਰ ਘਰੋਂ ਜਾਂਦੀ ਸੀ ਖੇਡਣ, ਔਰ ਕਿਸ ਤਰੀਕੇ ਨਾਲ ਖੜਾਇਆ ਗਿਆ? ਸਰ, ਮੈਂ ਨਹੀਂ ਦੱਸ ਸਕਦੀ ਜੀ। ਨੋ, ਮੁਸ਼ਕਲ ਸੀ, ਬਹੁਤ ਮੁਸ਼ਕਲ। ਮੈਂ ਇਹੋ ਜਿਹੇ ਹਾਲਾਤਾਂ 'ਚ ਗੁਜ਼ਰ ਚੁੱਕੀ, ਮੈਂ ਨਹੀਂ ਮੀਡੀਆ ਸਾਹਮਣੇ ਸ਼ੇਅਰ ਨਹੀਂ ਕਰ ਸਕਦੀ। ਬੜੀ ਮੁਸ਼ਕਲ ਨਾਲ ਖੜਾਇਆ। ਹਾਂਜੀ, ਪਿਤਾ ਜੀ ਨਾਲ ਵੀ ਗੱਲ ਕਰ ਲੈਂਦੇ, ਤੁਸੀਂ ਵੀ ਭਾਵੁਕ ਹੋਏ ਹੋ, ਕਿਸ ਤਰੀਕੇ ਨਾਲ ਦਜੋਤ ਕੌਰ ਨੇ ਅੱਜ ਇੰਨੀ ਅਚੀਵਮੈਂਟ ਹਾਸਲ ਕੀਤੀ ਆ, ਇੰਨੇ ਉਹਦੇ ਕੋਲ ਮੈਡਲਸ ਨੇ, ਕਿਸ ਤਰੀਕੇ ਨਾਲ ਹਾਲਾਤ ਨਾਲ ਖੜਾਇਆ? ਇਹ ਬਹੁਤ ਮੁਸ਼ਕਲ ਨਾਲ ਖੜਾਇਆ ਜੀ, ਇੱਥੋਂ ਖਰਚਾ ਬਹੁਤ ਮੁਸ਼ਕਲ ਨਾਲ ਲਾਉਣਾ ਪੈਂਦਾ, ਬਹੁਤ ਔਖੇ ਹੋ ਗਏ ਇੱਥੋਂ ਤੀਕਰ ਪਹੁੰਚਾਇਆ ਲੜਕੇ ਨੂੰ। ਪੰਜਾਬ ਸਰਕਾਰ ਤੋਂ ਜਾਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਅੱਗੇ ਕੋਈ ਲੜਕੀ ਨੂੰ ਕੋਈ ਨੌਕਰੀ ਵਗੈਰਾ ਦੀ ਸਹੂਲਤ ਦਿੱਤੀ ਜਾਵੇ, ਗਾੜੀ ਦੇ ਖੇਡਣ ਦਾ ਕੋਈ ਪ੍ਰਬੰਧ ਕੀਤਾ ਜਾਵੇ, ਜੋ ਇਸ ਤੋਂ ਵੀ ਵਧੀਆ ਮੈਡਲ ਲਿਆ ਕੇ ਦੇਵੇ। ਪੰਜਾਬ ਦੇ ਵਿੱਚ ਹੈ ਇਹ ਟ੍ਰੇਨਿੰਗ ਵਾਲੇ ਖੇਡਣ ਵਾਲੇ ਟੂਰਨਾਮੈਂਟਸ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਗਰਾਊਂਡਸ ਹੈ? ਹਾਂਜੀ ਸਰ।
ਰੋਪੜ ਵਿੱਚ ਹੈਗੇ ਆ। ਤੇ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ, ਵੀ ਗਰਾਊਂਡ ਚਾਹੀਦੀਆਂ ਨੇ, ਕੀ ਚਾਹੀਦਾ ਕਿ ਜਿਹੜੀਆਂ ਲੜਕੀਆਂ ਇਸ ਗੇਮ ਵਿੱਚ ਆਉਣ? ਜਿਵੇਂ ਪੂਰੀ ਸਟੇਟ ਦੇ ਵਿੱਚ ਜਾਂ ਤਾਂ ਬੱਚੇ ਚੰਡੀਗੜ੍ਹ ਜਾਂਦੇ ਆ ਜਾਂ ਰੋਪੜ ਜਾਂਦੇ ਆ, ਪੂਰੀ ਸਟੇਟ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਸਹੂਲਤ ਹੋਣੀ ਚਾਹੀਦੀ ਆ ਸਰ, ਕਿ ਜਿਵੇਂ ਜ਼ਰੂਰੀ ਨਹੀਂ ਕਿ ਲੇਕ ਹੀ ਹੋਵੇ, ਆਪਣਿਆਂ ਵੀ ਬਣਾ ਸਕਦੇ ਹਾਂ। 2 ਕਿਲੋਮੀਟਰ ਦਾ ਟਰੈਕ ਹੁੰਦਾ ਆ, ਉਹ ਇੱਕ ਚੰਗਾ ਟਰੈਕ ਅਗਰ ਪੰਜਾਬ ਸਰਕਾਰ ਇੱਥੇ ਬਣਾਵੇ, ਇੱਥੇ ਅਕੈਡਮੀ ਖੋਲ੍ਹੇ ਵਾਟਰ ਸਪੋਰਟਸ ਦੀ, ਤਾਂ ਚੰਗਾ ਰਿਜ਼ਲਟ ਮਿਲ ਸਕਦਾ ਹੈ। ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਜੋਧਪੁਰ ਵਾਸਤੇ, ਕੀ ਨੌਕਰੀ ਵਗੈਰਾ ਮਿਲਣੀ ਚਾਹੀਦੀ? ਹਾਂਜੀ, ਹੁਣ ਤਾਂ ਆਪਾਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਇਹਨੂੰ ਨੌਕਰੀ ਦਿੱਤੀ ਜਾਵੇ। ਇਹਨੇ ਮੈਡਲਸ ਕੁੜੀ ਨੇ? ਹਾਂਜੀ, ਇਹਨੇ ਮੈਡਲਸ ਦਿੱਤੀ ਹੈ। ਪਿੰਡ ਵਾਸੀ ਵੀ ਨਾਲ ਮੌਜੂਦ ਨੇ, ਕਿਸ ਤਰ੍ਹਾਂ ਦੇਖਦੇ ਜੀ ਤੁਹਾਡੇ ਪਿੰਡ? ਇੱਕ ਛੋਟਾ ਜਿਹਾ ਕਸਬਾ ਹੈ, ਕਿਸ ਤਰੀਕੇ ਨਾਲ ਤੁਸੀਂ ਜਿਵੇਂ ਲੜਕੀ ਆਈ, ਤੁਹਾਨੂੰ ਵੀ ਜਾਂ ਗੇਮ ਬਾਰੇ ਪਤਾ ਹੀ ਨਹੀਂ ਹੋਣਾ? ਨਹੀਂ, ਪਹਿਲਾਂ ਨਹੀਂ ਸਾਨੂੰ ਇਹ ਬਾਰੇ ਪਤਾ ਜੀ। ਇਹੀ ਚਲੋ ਇਹ ਕੁੜੀ ਨੂੰ ਵੇਖ ਕੇ ਚਲੋ ਸਾਨੂੰ ਪਤਾ ਲੱਗਾ ਗੇਮ ਦਾ, ਅਤੇ ਬਹੁਤ ਸੋਹਣਾ, ਮਤਲਬ ਕਿ ਪਿੰਡ ਦਾ ਨਾਂ ਰੋਸ਼ਨ ਕਰ ਰਹੀ ਕੁੜੀ, ਮੇਰੇ ਹਿਸਾਬ ਨਾਲ ਤਰਨ ਤਾਰਨ ਜ਼ਿਲ੍ਹੇ 'ਚ ਪਹਿਲੀ ਕੁੜੀ ਆ ਜੀ। ਠੀਕ ਹੈ ਜੀ, ਅਤੇ ਕਿਸ਼ਤੀ ਮੁਕਾਬਲਾ ਜਿਹੜਾ ਹੋਇਆ ਨਾ, ਉਹ ਤੋਂ ਪਹਿਲਾਂ ਅਸੀਂ ਚੱਲ ਸੁਣਿਆ ਹੀ ਨਹੀਂ ਕਦੀ ਗੇਮ, ਪਹਿਲਾਂ ਰੋਇੰਗ ਸੁਣੀ? ਹਾਂਜੀ ਹਾਂਜੀ, ਰੋਇੰਗ ਗੇਮ ਹੁਣ ਹੀ ਸੁਣ ਪਏ ਹਾਂ। ਅਸੀਂ ਸਰਕਾਰ ਤੋਂ ਇਹੋ ਮੰਗ ਕਰਦੇ ਹਾਂ, ਚਲੋ ਇਹ ਕੁੜੀ ਮਤਲਬ ਕਿ ਇਹਨੂੰ ਨੌਕਰੀ ਦਿੱਤੀ ਜਾਵੇ, ਅਤੇ ਇੰਟਰਨੈਸ਼ਨਲ ਲੈਵਲ 'ਤੇ ਪੰਜਾਬ ਦਾ ਨਾਂ ਰੋਸ਼ਨ ਕਰੇ ਕੁੜੀ। ਠੀਕ ਹੈ ਜੀ, ਅਸੀਂ ਭੈਣ ਦੇ ਪੂਰੇ ਹੱਕ 'ਚ ਹਾਂ, ਸਪੋਰਟ ਕਰਾਂਗੇ ਜਿੱਥੇ ਤੱਕ ਹੋਊਗੀ। ਵਿਦੇਸ਼ 'ਚ ਤਾਂ ਖੇਡ ਕੇ ਆਈ ਕੁੜੀ ਹੈ? ਹਾਂਜੀ ਹਾਂਜੀ, ਵਿਦੇਸ਼ ਵਿੱਚੋਂ ਖੇਡ ਕੇ ਆਈ ਆ, ਸਾਨੂੰ ਬਹੁਤ ਮਾਣ ਹੈ ਕੁੜੀ 'ਤੇ।